ਤੇ ਹੁਣ ਗਏ ਮੰਮੀ ਇਹਦੇ ਰੱਖਣ ਲੱਗੇ ਹੋਏ ਨਾ ਠੰਡੇ ਪਾਣੀ ਚ ਜਿੱਦਾਂ ਰੁਮਾਲ ਭਿਗੋ ਕੇ ਤੇ ਪੱਟੀ ਵਗੈਰਾ ਰੱਖਣ ਲੱਗੇ ਆ ਤੇ ਜੋ ਇਹਦੇ ਹਨਾ ਸਿਰ ਗਰਮ ਗਰਮ ਹੋਇਆ ਆ ਠੰਡਾ ਹੋਊਗਾ ਤੇ ਟੈਂਪਰੇਚਰ ਇਹਦਾ ਮਾਈਨਸ। ਤੋ ਹੈਲੋ ਗਾਇਸ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਗਾਇਸ ਹੁਣ ਟਾਈਮ ਹੋ ਗਿਆ, ਰਾਤ ਦਾ ਟਾਈਮ ਆ, 11 ਹੋ ਗਏ, 11:35 ਹੋ ਗਏ ਆ। ਤੇ ਹੁਣ ਬਹੁਤ ਹੀ ਜ਼ਿਆਦਾ ਹਨਾ ਤਬੀਅਤ ਜਦੋਂ ਦੀ ਖਰਾਬ ਆ, ਇੰਨੀ ਕੁ ਜ਼ਿਆਦਾ ਤਬੀਅਤ ਖਰਾਬ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅਤੇ ਹੁਣ ਅਸੀਂ ਮੈਂ ਅਤੇ ਮੰਮੀ ਹਨਾ ਡਾਕਟਰ ਤੋਂ ਲੈ ਕੇ ਗਏ ਸੀਗੇ, ਸਾਡੇ ਵਿਲੇਜ ਵਿੱਚ ਪਿੰਡ ਵਿੱਚ ਡਾਕਟਰ ਆ, ਅਤੇ ਉਹਨਾਂ ਤੋਂ ਲੈ ਗਏ ਸੀ ਦਵਾਈ ਵਗੈਰਾ, ਮੈਡੀਸਿਨ ਵਗੈਰਾ ਲਿਆਂਦੀ ਆ। ਅਤੇ ਤੁਹਾਨੂੰ ਦਿਖਾਉਂਦਾ ਹੈ ਮਣ ਕੇ ਹੁਣ ਇਹਦੀ ਸੇਵਾ ਪੇਵਾ ਕਰ ਲਈਏ, ਕਿਉਂਕਿ ਬਹੁਤ ਜ਼ਿਆਦਾ ਹਨਾ ਹਾਲਤ ਖਰਾਬ ਆ ਸਿਰ ਦੀ, ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਆ, ਤੱਤੋਂ ਪਾਉਣ 'ਚ ਬਹੁਤ ਹੀ ਜ਼ਿਆਦਾ ਇਹਦੇ ਦਰਦ ਹੁੰਦੀ ਆ। ਚਲੋ ਤੁਹਾਨੂੰ ਮੈਂ ਕਿਹਾ ਚਲੋ ਵਲੌਗ 'ਚ ਦਿਖਾ ਦਿੰਦਾ ਆ। ਗਾਇਸ ਇਹ ਲੋਕ ਅੱਖਾਂ ਬੰਦ ਕਰਕੇ ਨਾ ਸੁੱਤਾ ਪਿਆ, ਇਹਦੀ ਹਾਲਤ ਇੰਨੀ ਕੁ ਜ਼ਿਆਦਾ ਜਤੀ ਦੀ ਖਰਾਬ ਹੋਈ ਹੈ ਨਾ ਦੇਖ ਸਕਦਾ। ਗਾਇਸ ਇਹ ਤਾਂ ਜ਼ਿਆਦਾ ਹਨਾ ਸ਼ਰਾਰਤਾਂ ਕਰਦਾ ਵਲੌਗ 'ਚ, ਵਧੀਆ ਲੱਗਦਾ ਹੈ। ਇੱਦਾਂ ਤਬੀਅਤ ਖਰਾਬ ਹੋ ਗਈ ਐਨ, ਵਿਚਾਰਾ ਬੈਠਾ ਆ ਸਵੇਰ ਦਾ, ਅੱਜ ਤਾਂ ਬਹੁਤ ਜ਼ਿਆਦਾ ਹਾਲਤ ਖਰਾਬ ਆ। ਚਲੋ ਥੋੜ੍ਹੀ ਜਿਹੀ ਇਹਦੀ ਹੈਲਪ ਕਰਦੀ ਹਾਂ, ਵਿਚਾਰੇ ਦਾ ਸਿਰ ਦਰਦ ਹੁੰਦਾ, ਸਿਰ ਘੁੱਟ ਦਈਏ, ਥੋੜ੍ਹਾ ਠੀਕ ਹੋ ਜੂਗਾ, ਮਹਿਸੂਸ ਲੱਗੂਗਾ ਹੁਣ ਠੀਕ ਠੀਕ। ਜਿੱਥੇ ਉੱਪਰ ਉੱਪਰ ਜਾ ਰੱਖ ਲਓ, ਅਤੇ ਚਲੋ ਗਾਇਸ ਹੁਣ ਜਤੀਨ ਦਾ ਮੈਡੀਸਨ ਦਾ ਟਾਈਮ ਹੋ ਗਿਆ, ਮੰਮੀ ਉੱਧਰ ਮੈਡੀਸਨ ਦੇਣ ਲੱਗੇ ਆ ਜਤੀਨ ਨੂੰ। ਗਾਇਸ ਹੁਣ ਇਹਦੀ ਇੰਨੀ ਕੁ ਜ਼ਿਆਦਾ ਹਾਲਤ ਖਰਾਬ, ਇਹ ਤੋਂ ਬੋਲ ਵੀ ਨਹੀਂ ਹੁੰਦਾ। ਆਹ ਦੇਖੋ ਗਾਇਸ ਕਿੰਨੀ ਜ਼ਿਆਦਾ ਇਹਨੂੰ ਮੈਡੀਸਨ, ਕਿੰਨੀਆਂ ਜ਼ਿਆਦਾ ਗੋਲੀਆਂ ਦੇ ਦਿੱਤੀਆਂ ਖਾਣ ਲਈ ਡਾਕਟਰ ਨੇ। ਜਤੀਨ ਜਲਦੀ ਜਲਦੀ ਠੀਕ ਹੋ ਜਾ, ਜਲਦੀ ਜਲਦੀ ਜਤੀਨ ਛੇਤੀ ਛੇਤੀ ਦਵਾਈ ਖਾ ਲਾ, ਹੁਣ ਬਹੁਤ ਜ਼ਿਆਦਾ ਕੜਵੀ ਹੋਣੀ ਆ। ਗਾਇਸ ਦੇਖ ਲਓ ਇੰਨੀ ਜਲਦੀ ਜਲਦੀ ਦਵਾਈ ਖਾਈ ਜਾਂਦਾ ਨਾ, ਮੇਰੇ ਤੋਂ ਤਾਂ ਖਾ ਨਹੀਂ ਹੁੰਦੇ, ਸੱਚ ਦੱਸਾਂ ਤੁਹਾਨੂੰ, ਮੈਂ ਚਬਾ ਚਬਾ ਕੇ ਖਾਂਦਾ ਪਿਆ, ਇਹ ਸਿੱਧਾ ਨਿਗਲ ਲੈਂਦਾ ਅੰਦਰ, ਪਾਣੀ ਨਾਲ ਸਿੱਧਾ ਨਿਗਲ ਲੈਂਦਾ, ਮੈਨੂੰ ਤਾਂ ਬਹੁਤ ਚਬਾਉਣੇ ਪੈਂਦੀ ਆ। ਜਸ਼ਿਤ ਜਤੀਨ ਖਾਲੀ ਫਿਨਿਸ਼ ਕਰਤੀ, ਗੈਸ ਦੋ ਰਹਿ ਗਈਆਂ ਦਵਾਈ। ਗੈਸ ਜਤੀਨ ਪਾਣੀ ਜ਼ਿਆਦਾ ਪੀ ਜਾਂਦਾ ਗਟਰ ਗਟਰ ਕਰਕੇ, ਅਤੇ ਦਵਾਈ ਖਾ ਨਹੀਂ ਰਿਹਾ, ਦਵਾਈ ਬਸ ਦੋ ਖਾਂਦੀ, ਦਵਾਈ ਦੋ ਖਾਧੀਆਂ ਗੋਲੀਆਂ, ਮਤਲਬ ਪਾਣੀ ਦਾ ਗਲਾਸ ਇੱਕ ਪੀ ਲਿਆ ਪੂਰਾ ਫੁੱਲ। ਹੁਣ ਜਲਦੀ ਜਲਦੀ ਖਾ ਲਾ, ਜਲਦੀ ਜਲਦੀ ਕੌੜੀ ਤਾਂ ਲੱਗਣੀ ਆ, ਕੌੜੀ ਤਾਂ ਲਾ ਗਈ, ਗਿੱਲ ਲਾ ਗਈ। ਜਤੀਨ ਸ਼ੈਤਾਨੀ ਨਾ ਕਰ, ਚੱਲ ਪਾ ਲਾ ਪਾ ਲਾ ਪਾ ਲਾ। ਗੈਸ ਦੇਖੋ ਸ਼ੈਤਾਨੀ ਕਰਦਾ, ਦਿਖਾ ਹੱਥ, ਗੈਸ ਦੇਖੋ ਕਿੰਨੀ ਜ਼ਿਆਦਾ ਸ਼ੈਤਾਨੀ ਕਰ ਰਿਹਾ ਆ, ਫੋਨ ਕਰਨ ਲੱਗਾ ਸੀ, ਪਰੂਫ ਦੇ ਪਰੂਫ, ਚੱਲ ਜਲਦੀ ਖਾ, ਕੱਟ ਲਾ ਦੇ ਕੱਟ ਲਾ, ਕੱਟ ਨਹੀਂ ਤੂੰ ਖਾ ਕੇ ਦਿਖਾ ਲੈ। ਫੁੱਲ ਪਰੂਫ ਹੈ। ਚਲੋ ਗੈਸ ਜਤੀਨ ਪੂਰੀ ਖੁਰਾਕ ਨਿਕਲ ਲਈ ਆ, ਦਵਾਈ ਪੂਰੀ ਖਾ ਲਈ ਆ, ਚਲੋ ਹੁਣ ਸਵੇ ਥੋੜ੍ਹਾ ਜਿਹਾ ਫਰਕ ਪੈ ਜੂਗਾ ਹੌਲੀ ਹੌਲੀ। ਠੰਡਾ ਠੰਡਾ ਗਲਾਸ ਰੱਖਤਾ ਪਾਣੀ ਵਾਲਾ, ਅਤੇ ਹੁਣ ਗੈਸ ਮੰਮੀ ਇਹਦੇ ਰੱਖਣ ਲੱਗੇ ਹੈ ਨਾ ਠੰਡੇ ਪਾਣੀ 'ਚ, ਜਿੱਦਾਂ ਰੁਮਾਲ ਭਿਗੋ ਕੇ ਅਤੇ ਪੱਟੀ ਵਗੈਰਾ ਰੱਖਣ ਲੱਗੇ ਆ, ਅਤੇ ਜੋ ਇਹਦੇ ਹੈ ਨਾ ਸਿਰ ਗਰਮ ਗਰਮ ਹੋਇਆ ਆ ਠੰਡਾ ਹੋਊਗਾ, ਅਤੇ ਟੈਂਪਰੇਚਰ ਇਹਦਾ ਮਾਈਨਸ ਵਿੱਚ ਹੋ ਜੂਗਾ, ਨੋਰਮਲ ਹੋ ਜੂਗਾ। ਅਤੇ ਹੁਣ ਬੁਖਾਰ ਇਹਨੂੰ 102 ਗੈਸ ਬੁਖਾਰ ਹੈ ਇਹਨੂੰ, ਦੇਖ ਲਓ ਸਵੇ ਦਾ ਹੋਇਆ, ਸਵੇਰ ਦਾ ਹੋਇਆ, ਮਤਲਬ ਥੋੜ੍ਹਾ ਥੋੜ੍ਹਾ ਬੁਖਾਰ ਹੈ। ਅਤੇ ਮੰਮੀ ਨੇ ਦਵਾਈ ਵਗੈਰਾ ਜੋ ਘਰ 'ਚ ਹੁੰਦੀ ਆ ਮੈਡੀਸਨ ਅਤੇ ਦੇ ਦਿੱਤੀ, ਅਤੇ ਹੁਣ ਬਹੁਤ ਜ਼ਿਆਦਾ ਹੋ ਗਿਆ ਸੀਗਾ, ਅਤੇ ਹੁਣ ਮੈਂ ਅਤੇ ਮੰਮੀ ਦਵਾਈ ਲੈ ਕੇ ਆਏ, ਅਤੇ ਹੁਣ ਟਾਈਮ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਸਾਡੇ ਘਰ ਆਏ ਸੀ, ਅਤੇ ਹੁਣ ਟਾਈਮ ਹੋ ਗਿਆ ਆ ਗੈਸ 12:12, ਮਤਲਬ 10 ਮਿੰਟ ਹੋ ਗਏ ਆ। ਦੇਖ ਲਓ ਮੰਮੀ ਅਜੇ ਪੂਰੀ ਕੇਅਰ ਕਰਦੇ ਪਏ, ਗੈਸ ਮੈਨੂੰ ਕਹਿੰਦਾ ਤੂੰ ਤਾਂ ਕਰਨੀ ਨਹੀਂ ਆ, ਮੰਮੀ ਕਰਦੇ ਪਏ, ਮੰਮੀ ਨੇ ਤਾਂ ਹੁਣ ਕਰਨੀ, ਮੈਂ ਵਲੌਗ ਬਣਾਉਂਦਾ ਆ ਕੇਅਰ। ਗਾਇਸ ਮੈਂ ਰੀਪਾ ਨੂੰ ਸਿਰ ਦਬਾਉਣ ਨੂੰ ਕਿਹਾ, ਰੀਪਾ ਨੇ ਬਸ ਇਸ ਵਲੌਗ ਜਿੰਨਾ ਦਬਾ ਕੇ ਫਿਰ ਦਬਾਇਆ ਨਹੀਂ। ਗਾਇਸ ਮੈਂ ਵਲੌਗ ਐਡਿਟ ਕਰਦਾ ਪਿਆ ਸੀ, ਇਸ ਕਰਕੇ ਦਬਾਇਆ, ਚਲੋ ਮੰਮੀ ਦਬਾਉਂਦੇ ਪਏ ਆ ਨਾਲ ਨਾਲ, ਅਤੇ ਮੈਂ ਵਲੌਗ ਐਡਿਟ ਕਰਦਾ ਪਿਆ ਨਾਲ ਨਾਲ। ਚਲੋ ਹੁਣ ਕਰਦਾ ਗਾਇਸ, ਚਲੋ ਗਾਇਸ ਹੁਣ ਤੁਹਾਨੂੰ ਸਵੇਰ ਨੂੰ ਮਿਲਦੇ ਆ, ਕਿਉਂਕਿ ਵਲੌਗ ਵੀ ਐਡਿਟ ਕਰਨਾ ਆ, ਵਲੌਗ ਅਪਲੋਡ ਕਰਨਾ ਆ, ਸਵੇਰ ਨੂੰ ਮਿਲਦੇ। ਜਤੀਨ ਨੇ ਇੱਕ ਲਾਈਨ ਬੋਲਣੀ ਕੁਛ ਕਹਿ ਰਿਹਾ, ਗਾਇਸ ਆਪਣੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਰੱਖਿਆ, ਹੈਰੀ ਭਾਅ ਨੇ ਤੁਹਾਨੂੰ ਮਿਲਣ ਆਉਣਾ ਸਵੇਰੇ ਸਵੇਰੇ। ਕਿਉਂ ਕਿਆ ਕਰਦਾ ਪਾਗਲ, ਪਾਗਲ ਪੰਤੀ ਦਿਖਾ ਰਹੇ। ਲੱਗਦਾ ਨਹੀਂ ਹੋਣਾ ਮੇਰੀ ਸਿਹਤ ਖਰਾਬ ਆ।
गैस ऐदा करता है जब है ना तबीयत तो खराब नहीं होंगी आ बट ऐसे ही करी जाता है यार मूड ऐसा। गैस दिस इज नैक्सट डे नहीं नैक्सट रात का तो मैं दिन अज ब्लॉग नहीं बहुता बनाया क्योंकि टाइम नहीं मिले बनाने का तो हूँ मैं बना पाया तो हूँ मैं खाता पिया खान चीजी तुम दिखा मैं क्या खाता पिया गैस हाँ मैं हूँ खाता पिया मूंगफली मूंगफली नहीं गैस गैस जिदा मूंगफली ना इदा करियाटी के तलिया होंगे आनू आप कह देंगे गिरी पकौड़ा तो गैस जैती ने ना अपने लिए आइसक्रीम लैके आया हूँ तो उसकी तबीयत थोड़ी बहुत ठीक है तो हूँ आइसक्रीम लैके आया से तुम दिखा क्या सीन हो गैस आ देख लो आइसक्रीम बस बची आ ते आइसक्रीम बाकी सारी पिघल गई तैयार है और उसका डंडा गैस हरी भारी गल ध्यान ना सुनो आइसक्रीम बस पिघल गई है आइसक्रीम रह गई है आइसक्रीम पिघल गई आ देख लो गैस डंडा जो सगा अलग हो गया ते आइसक्रीम अलग हो गई गैस डंडा कहंदे आइसक्रीम स्टिक थोड़ा कहंदे डंडा कहंदे है गैस स्टिक भी कहंदे चलो हुण जती ने पैकेट में से निकाल दी आइसक्रीम तो बची नहीं सारी पर पैकेट टूटे बा केक हैप्पी बर्थडे ओ हैप्पी बर्थडे टू यू गैस 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 हुण मैं हटिया नहा के क्योंकि इन्नी की ज्यादा गर्मी गैस हुई सी बहुत ज्यादा गर्मी हालत खराब क्योंकि सवेर का मैं भी है ना सिर सिर में दर्द होंगी थोड़ी थोड़ी तो मैं भी पिया आराम करता पिया जतिन के नाल जतिन के नाल आराम करता पिया कल तो जतिन गैस इन्ना क ज़्यादा बुखार चढ़िया 102 गैस बुखार चढ़िया पिया 102 गैस टैंपरेचर से जतिन का चलो हूँ दवाई दवुई खा ली है उन्हें ठीक है बिल्कुल चलो अज है सैकंड डे थानू पता ही है सैकंड नाइट ब्लॉग बहुता बनया नहीं सवेरे तो बहुत टाइम भी नहीं मिले ब्लॉग बनाने का बट गैस गर्मी ने इन्नी ज्यादा हालत खराब हुई है ना बहुत ज्यादा चलो गैस फाइनली हम मम्मी है ना दूध वगैरह लैके आ गए थानू दूध ब्लैक ब्लैक लग रहा होगा चाय वर्गा क्योंकि चाय दूध का होंगे वाइट कलर का चाह होंगी ब्लैक ब्लैक बट चाय नहीं है गैस बॉनविटा है ना मम्मी बिच पा देंगे होंगे तो मैंने इन्ना ज्यादा टेस्टी लगता बॉनविटा बहुत ज्यादा टेस्टी गैस माई फेवरेट बॉनविटा दूध इन्ना ज़्यादा गैस टेस्टी होंगे ना चॉकलेट या चॉकलेट ही लगता है तो मैं छोटा होंगे है ना दूध भी इतने पीता है बॉनविटा जा कॉम्पलैन या हॉरलैक्स पाके बहुत टेस्टी लगता है या फिर गैस मैं कॉफ़ी पा ला हों बस इन्ना वधिया लगता मैं दूध चलो हम पीते गर्मा गर्म मैं गर्मी के बच्चे कोई ना बट कोई ना मम्मी लेके आया पीना पीना हम गैस दूध हमारा फिनिश एकदम गैस आ देखो जिन मेरे नाल पे आया क्योंकि है ना थानू पता तबीयत खराब आ हूँ थोड़ा जहा ठीक है जी फर्क है तेन थोड़ा जहा लगता कल वाल थोड़ा जहा फर्क है गैस बट गैस एक प्रॉब्लम यदा होना ना कल तो तबीयत खराब से बुखार वगैरह होगा तो हूँ यदा पेट दुखी जाना पता नहीं की है दर्द वगैरह होंगी है तो मम्मी ने इनू कुछ दिता चूरन वगैरह भी दिता खाने के तो ठीक नहीं हो चलो हौली हौली सवेर तक हो जूगा इस करके गैस अज ब्लॉग भी नहीं बनया बहुत टाइम भी नहीं बनया मेरे सिर में बहुत ज़्यादा दर्द होंगी सी गैस अच्छ जी है ना कल रात का ना सुता पिया सवेरे भी सुता रहा बैड दे रहा सारा दिन अच्छे पूरी बैड रेस्ट की जतिन ने फुल इस करके जल्दी ठीक हो गया चलो हौली हौली कल तक एन पूरा ओके रिपोर्ट हो जाना पूरी पावरफुल हो जाना जतिन कल तक ठीक हो जूगा गैस कहता मैं ना कल जिम चल जाना फिर उत्थे ना बॉडी बूडी बनानी है ब्लॉग बहुत ज्यादा सिंपल इस ब्लॉग हूं एडिट भी करना है बहुत टाइम लगना एडिट करने हूं वैसे भी टाइम गए से एक बज गए क्योंकि अज ब्लॉग थोड़ा बनिया नहीं टाइम है नहीं पता ही तो मैं ब्लॉग बनाया नहीं बहुत इस करके ना टाइम भी हूँ एडिट करने में गैस 2-3 बज जाने 2 घंटे लग जाने मिनीम चलो इस ब्लॉग में करते एंड बहुत ही ज़्यादा सिंपल ब्लॉग सगा मिलते हैं नैक्सट ब्लॉग में जो ब्लॉग वी लगा लाइक कमेंट एंड शेयर द चैनल सबसक्राइब बाय बाय गाइस दिस इज नैक्सट डे नैक्सट राइड।